ਹੈਪੀ ਪਹਿਲਵਾਨ ਨੋਇਡਾ ਤੇ ਦੂਜੇ ਪਾਸੇ ਰਘਵੀਰ ਸਕੱਤਰੀ ਅਖਾੜਾ ਰਾਜਾ ਪਹਿਲਵਾਨ ਦਾ ਚੰਡੀਗੜ੍ਹ ਵਧੀਆ ਕੁਸ਼ਤੀ ਹੋਣੀ ਇੱਕ ਵਾਰ ਤਾੜੀਆਂ ਲਾ ਦਿਓ ਜ਼ੋਰਦਾਰ ਸੇਵੀ ਕੁਸ਼ਤੀ ਹੋਣੀ ਅਸੀਂ ਘੁੰਮਣਗੇ ਬਈ ਜੇ ਜੀ ਕੁਸ਼ਤੀ ਹੋ ਜੀ ਤਾੜੀਆਂ ਵੀ ਇੱਕ ਵਾਰ ਲਾਓ ਅਮਿਤ ਚੰਡੀਗੜ੍ਹ ਵਿੱਚ ਆਵੇ ਯਾਰ ਆ ਗਏ ਆ ਗਏ ਅਮਿਤ ਚੰਡੀਗੜ੍ਹ ਆਵੇ ਕੁਸ਼ਤੀ ਸ਼ੁਰੂ ਕਰੇ ਆ ਕੇ ਲਓ ਮੈਦਾਨ ਵਿੱਚ ਇਹਨਾਂ ਗੱਭਰੂਆਂ ਦੇ ਨਾਲ ਕੁਸ਼ਤੀ ਸ਼ੁਰੂ ਹੋ ਲੱਗੀ ਉਧਰ ਬੱਚਾ ਸਾਡਾ ਵੀ ਕੋਨੇ ਤੋਂ ਆਏ ਨੇ ਬੋਲਦਾ ਤਾਂ ਖੁਸ਼ ਹੋ ਗਏ ਹੋਰ ਵੀ ਮੇਰੇ ਨੇ ਗੁੱਡੇ ਗਾਦੇ ਅਸੀਂ ਤੈਨੂੰ ਦੇ ਗੁੱਡੇ ਕਰਦੇ ਨੇ ਉਧਰ ਰਾਮ ਨੂੰ ਵੀ ਬੜਾ ਬੜਾ ਗੁੱਡੇ ਉਹਨਾਂ ਦਾ ਵੀ ਅਸੀਂ ਤੈਨੂੰ ਦੇ ਗੁੱਡੇ ਕਰਦੇ ਨੇ ਰਾਮ ਨੂੰ ਬੜਾ ਬੜਾ ਤੋਂ ਅਵਤਾਰ ਬੜਾ ਬੜਾ ਤੋਂ ਉਧਰ ਰਾਮ ਵੱਲ ਦੁੱਲਾ ਬੜਾ ਬੜਾ ਤੋਂ ਇਹਨੇ ਸਾਰੇ ਵੀਰਾਂ ਦਾ ਅਸੀਂ ਤੈਨੂੰ ਦੇ ਗੁੱਡੇ ਕਰਦੇ ਨੇ ਉਧਰ ਬਹੁਤ ਹੀ ਸਤਿਕਾਰਯੋਗ ਢੋਲੀ ਵੀਰ ਕਮੇਟੀ ਦਾ ਸਮਾਂ ਦੇ ਦਿਓ ਢੋਲੀ ਵੀਰ ਇੱਕ ਮਿੰਟ ਦਾ ਸਮਾਂ ਦੇ ਦਿਓ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਚੌਧਰੀ ਰਾਮ ਕੁਮਾਰ ਜੀ ਸਾਬਕਾ ਐਮ ਐਲ ਏ ਸਾਹਿਬ ਹਲਕਾ ਦੂਰ ਸਾਡੇ ਵਿਚਾਰੇ ਚੇਚੇ ਤੌਰ ਤੇ ਪੁੱਜੇ ਹੈ ਨੇਕੀ ਜੈ ਨੂੰ ਹਾਰਦਿਕ ਸਵਾਗਤ ਹੈ ਚੌਧਰੀ ਰਾਮ ਕੁਮਾਰ ਜੀ ਸਾਬਕਾ ਐਮ ਐਲ ਏ ਸਾਹਿਬ ਸਾਡੇ ਵਿਚਾਰ ਉਹ ਚੇਚੇ ਤੌਰ ਤੇ ਪੁੱਜਿਆ ਨੇਕੀ ਜੈ ਨੂੰ ਹਾਰਦਿਕ ਸਵਾਗਤ ਹੈ ਆਦੇ ਸਟੈਂਗਲ ਦੇ ਵਿੱਚ ਪੁੱਜਦੇ ਇੱਕ ਵਾਰ ਫਿਰ ਤੋਂ ਸਟੈਂਗਲ ਕਮੇਟੀ ਵੱਲੋਂ ਨੇਕੀ ਜੈ ਨੂੰ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਚੌਧਰੀ ਰਾਮ ਕੁਮਾਰ ਜੀ ਸਾਡਾ ਐਮ ਐਲ ਏ ਸਾਹਿਬ ਹਲਕਾ ਦੂਰ ਚੇਚੇ ਤੌਰ ਤੇ ਪੁੱਜੇ ਹੈ ਲਓ ਮੈਦਾਨ ਵਿੱਚ ਕੁਸ਼ਤੀ ਚੱਲਦੀ ਹੋਈ ਇਹਨਾਂ ਗੱਭਰੂਆਂ ਦਰਮਿਆਨ ਉਧਰ 24 ਤਰੀਕ ਸਰਸਾ ਨੰਗਲ ਦੇ ਕੁਸ਼ਤੀ ਨਿਕਲ ਦੀ ਤਰੀਕ ਹੈ ਨੋਟ ਕਰਦੇ ਆਇਓ ਜੱਸਾ ਪੱਟੀ ਦੇ ਹੱਥੇ ਸਟਾਪ ਬਹਾਦਰਗੜ੍ਹ ਬਿਣੀਆਂ ਜੰਮੂ ਦੇ ਨਾਲ ਬਲਗਾ ਕ੍ਰਿਸ਼ਨ ਪਈਆਂ ਬਰੀਆ ਬਿਰਜੂ ਪਹਿਲਵਾਨ ਦਿੱਲੀ ਤੇ ਨਾਲ ਸੁੱਖ ਬੱਬੇ ਹਾਲੀ ਇਹ ਕੁਸ਼ਤੀਆਂ ਹੋਣੀਆਂ 24 ਤਰੀਕ ਸਰਸਾ ਨੰਗਲ ਦਾ ਨੰਗਲ ਹੈ ਇਹ ਵੀ ਨੋਟ ਕਰਦੇ ਆਇਓ ਤਰੀਕ ਜਿਹੜੀ 24 ਆ ਸਰਸਾ ਨੰਗਲ ਦੇ ਨੰਗਲ ਦੀ ਹੋਏਗੀ ਲਓ ਚੱਲਦੀਆਂ ਹੋਈਆਂ ਕੁਸ਼ਤੀਆਂ ਮੈਦਾਨ ਦੇ ਵਿੱਚ ਤਿੰਨ ਹੈ ਪਰ ਇੱਧਰ ਇੱਕ ਪਾਸੇ ਨੋਟ ਵਾਲਾ ਹੈਪੀ ਨਾਲ ਕਹਿੰਦੇ ਰਘਵੀਰ ਇਹ ਬਿੱਲੇ ਦਾ ਸਪੁੱਤਰ ਆ ਸਕੱਤਰੀ ਵਾਲੇ ਦਾ ਜਿੱਥੇ 8 ਸਤੰਬਰ ਨੂੰ ਦੰਗਲ ਹੋਣਾ ਦੱਸੇ ਪੱਟੀ ਦੇ ਨਾਲ ਸਾਡੇ ਕੁਹਾੜੀ ਨੇ ਘੋਲਣਾ ਤੇ ਦੰਗਲ ਲਾਈਵ ਚੱਲੇਗਾ ਪੰਜਾਬੀ ਲਾਈਵ ਦੀ ਵੀ ਡਾਟ ਕੌਮ ਤੇ ਮੈਦਾਨ ਵਿੱਚ ਚੱਲਦੀ ਹੋਈ ਕੁਸ਼ਤੀ ਅਖਾੜਾ ਰਾਜੇ ਪਹਿਲਵਾਨ ਦਾ ਚੰਡੀਗੜ੍ਹ ਦਾ ਰਘਵੀਰ ਸਕੱਤਰੀ ਤੇ ਨਾਲ ਹੈਪੀ ਪਹਿਲਵਾਨ ਨੋਲਟਾ ਚੱਲਦੀ ਹੋਈ ਕੁਸ਼ਤੀ ਮੈਦਾਨ ਵਿੱਚ ਉਧਰ ਮਾਨ ਸਨਮਾਨ ਦੀ ਗੱਲ ਹੋ ਰਹੀ ਹੈ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਚੌਧਰੀ ਰਾਮ ਕੁਮਾਰ ਜੀ ਸਾਡਾ ਐਮ ਐਲ ਏ ਸਾਹਿਬ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਗਿਆ ਉਹਨਾਂ ਦੇ ਨਾਲ ਹੀ ਉਹਨਾਂ ਦੀ ਪੁੱਜੀ ਹੋਈ ਟੀਮ ਹੈ ਜਿਹਨਾਂ ਦੇ ਮਾਨ ਸਨਮਾਨ ਕੀਤੇ ਜਾ ਰਹੇ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਧਰ ਸਰਬ ਜੋਤ ਬੱਲੇ 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 ਨਹੀਂ ਸਰ ਤਾੜੀਆਂ ਮਾਰ ਦੇ ਬੜੇ ਜ਼ਰੇ ਦੀ ਖੁਸ਼ੀ ਹੈ ਸਰਬ ਜੋਤ ਹੈ ਪਿੰਡ ਕਹਿੰਦੇ ਕਾਸਲ ਹੈ ਤੇ ਅਖਾੜਾ ਰਾਜੇ ਪਹਿਲਵਾਨ ਦਾ ਚੰਡੀਗੜ੍ਹ ਮੈਦਾਨ ਦੇ ਵਿੱਚ ਜਿੱਤ ਪ੍ਰਾਪਤ ਕਰ ਗਿਆ ਉਧਰ ਮਾਨ ਸਨਮਾਨਾਂ ਦੀ ਗੱਲ ਚੱਲੀ ਹੈ ਅਗਲੀ ਗੱਲ ਦੱਸ ਸਾਜ ਮੜਾ ਆਏ ਤੋਂ ਉਹਦੇ ਵੱਡੀ ਖੁਸ਼ੀ ਅਗਲੀ ਭੋਲਦੀ ਵਾਹ ਦੀ ਉਧਰ ਵੀ ਖੁਸ਼ੀ ਹੋ ਗਈ ਹੈ ਬਈ ਜਗਪ੍ਰੀਤ ਤੇ ਜੈਦੀ ਨੂੰ ਬੇਚਾਓ ਸੋਨੂ ਨੋਲਟਾ ਵਿੰਦਰ ਚੰਡੀਗੜ੍ਹ ਪਲੀਜ਼ ਜਲਦੀ ਆਓ ਜਲਦੀ ਬਈ ਸੋਨੂ ਨੋਲਟਾ ਜਲਦੀ ਆਵੇ ਸੋਨੂ ਨੋਲਟਾ ਬਈ ਬੇਨਤੀ ਹੈ ਮੌਸਮ ਜਿਹੜਾ ਖਰਾਬ ਜਿਹਾ ਹੋ ਗਿਆ ਪਲੀਜ਼ ਬੇਨਤੀ ਹੈ ਪਹਿਲਵਾਨਾਂ ਨੂੰ ਜਿਹਨਾਂ ਦੇ ਨਾਲ ਆਉਂ ਸੀ ਕਿਤੇ ਸਮਾਂ ਨਾ ਲਾਈ ਵੀਰੇ ਵੇਟੀਏ ਜਿਹੜਾ ਦੇ ਨਾਂ ਨਾਮ ਦੇ ਨਾਲ ਪੁਲਿਸ ਤਿਆਰ ਬਚਾ ਰਹੇ ਹੋ ਬਈ ਆਓ ਜਾਂਦੀ ਨਾਲ ਪਿੰਦਰ ਚੰਡੀਗੜ੍ਹ ਪੁੱਜ ਗਿਆ ਪਿੰਦਰ ਦਾ ਨਗਰ ਜਿਹੜਾ ਨੋਟ ਕਰਦੇ ਹੋ ਵੀ ਕੈਂ ਵਾਲਾ ਹੈ ਨੌਜਵਾਨ ਦਾ ਉਧਰ ਵੱਡੇ ਮਾਰਸ ਮਾਰਸ ਹੋਣ ਦੀ ਕੈਂ ਵਾਲੇ ਜੋ ਦੇਜੇ ਦਾ ਤੇ ਦੋਦੇ ਕਰਦੇ ਆ ਬਹੁਤ ਬਹੁਤ ਧੰਨਵਾਦ ਲਓ ਮੈਦਾਨ ਵਿੱਚ ਕੁਸ਼ਤੀ ਜਿਹੜੀ ਸ਼ੁਰੂ ਹੋਣ ਲੱਗੀ ਹੈ ਬਿੰਦਰ ਹੱਥ ਖੜਾ ਕਰਦੀ ਇੱਕ ਵਾਰੀ ਨੌਜਵਾਨ ਬਿੰਦਰ ਦਾ ਪਿੰਡ ਕੈਂ ਵਾਲਾ ਖੜਾ ਰਾਜ ਪਹਿਲਵਾਨ ਦਾ ਚੰਡੀਗੜ੍ਹ ਨਾਲ ਸੋਨੂ ਪਹਿਲਵਾਨ ਨੋਟਾ ਜਲਦੀ ਫਿਰ ਤੁਸੀਂ ਮੈਦਾਨ ਦੇ ਵਿੱਚ ਵਾਹ ਵੀ ਵਾਹ ਬਈ ਨੋਨੂ ਚੰਡੀਗੜ੍ਹ ਸ਼ਿਵਮ ਰਾਮ ਕਰ ਲੱਗੀ ਹੈ ਜੀ ਆ ਜਾਓ ਨੋਨੂ ਚੰਡੀਗੜ੍ਹ ਦੇ ਸ਼ਿਵਮ ਰਾਮ ਕਰ ਲੱਗੀ ਇਹ ਵੀ ਇਹਦੇ ਸਾਈਡ ਤੇ ਆ ਜਾਓ ਸਾਈਡ ਨੂੰ ਸ਼ਿਵਮ ਰਾਮ ਕਰ ਲੱਗੀ ਆ ਜਾਓ ਲਓ ਜਲਦੀ ਫਿਰ ਤੁਸੀਂ ਮੈਦਾਨ ਦੇ ਵਿੱਚ ਇਹਨਾਂ ਗੱਭਰੂਆਂ ਦੇ ਬਿਆਨ ਵਾਹ ਵੀ ਵਾਹ ਕਹਿੰਦਾ ਸੋਹਣੀ ਖੇਡ ਦੇ ਮਾਲਕ ਖੇਡ ਜਦ ਚੰਗੀ ਦਿਖਾਉਂਦੇ ਨੇ ਸੈਂਕੜੇ ਨਹੀਂ ਹਜ਼ਾਰਾਂ ਮਿਲਾਂ ਵਿੱਚ ਡੇਰੇ ਵੀ ਰੈਫਰੀ ਕੋ ਫਿਰ ਕੇ ਟੋਲੀ ਕਮਿੰਟ ਬਈ ਰੈਫਰੀ ਪਲੀਜ਼ ਕੋ ਫਿਰ ਕੇ ਸਾਰੀ ਲਓ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਰਘਵੀਰ ਸਕੇਤੜੀ ਦੇ ਨਾਲ ਆ ਜਿਹੜਾ ਨੌਜਵਾਨ ਹੈ ਇਹ ਹੈ ਪਹਿਲਵਾਨ ਨੋਲਟੇ ਵਾਲਾ ਹੈਪੀ ਕਹਿੰਦਾ ਸੋਹਣੀ ਖੇਡ ਦੇ ਮਾਲਕ ਫਿਰ ਜਦ ਚੰਗੀ ਵਿਖਾਉਂਦੇ ਨੇ ਸੈਂਕੜੇ ਨਹੀਂ ਹਜ਼ਾਰਾਂ ਦੇ ਰਾਮੀ ਡੇਰੇ ਲਾਉਂਦੇ ਨੇ ਕਿ ਜਿਸ ਮੈਦਾਨ ਵਿੱਚ ਖੇਡਣ ਸੰਦਲੀ ਪੈੜਾਂ ਪਾ ਜਾਂਦੇ
ਜਿੰਦ ਸੁਲਾੜਿਆ ਮਾਂ ਪਿਓ ਪਿੰਡ ਦਾ ਨਾਚ ਬਟਾ ਜਾਂਦੇ ਕਿ ਜਿੰਦ ਸੁਲਾੜਿਆ ਮਾਂ ਪਿਓ ਪਿੰਡ ਦਾ ਨਾਚ ਬਟਾ ਜਾਂਦੇ ਲਾਰੇ ਤੋਂ ਹੀ ਧੋਤੇ ਲੰਗਾ ਅਗੇ ਕਰਦੇ ਸਾਰੇ ਬਣਾ ਤੋਂ ਬਹੁਤ ਹੀ ਸਤਿਕਾਰੀ ਫੁੱਲਾ ਮੜਾ ਵਾਲੇ ਤੋਂ
हर साल